4 अप्रैल कोरीडोर डेरा बाबा नानक की धरती तो दौड़ लगा के दिल्ली सिंघू बार्डर तक पहुँचा, जो सारा जिहड़ा सफर है 510 किलोमीटर का बनता वा। ये साडा वीर नगरेटा आ, इस को जमीन नहीं है पर जमीर हैगा वा। रस्ते दे विच सानूं अंबाले जाके थोड़ी जी मुश्किल आई है जी। वह भी एक साडे बजुर्ग मोटरसाइकिल लैके जा रहे सी, वह रस्ते दे विच रनिंग करदिआं एकदम ही मेरे अगे आ गए ने। वह मुड़न दे कारण मेरे पैर नूं थोड़ी जी मोच आई आ, उसकी सोच भी अजे तक हैगी है। साइकिल ते पहुंचे उत्थे तां की कहना चाहोगे, जिहड़े लोक मरियां जमीरां वाले नहीं पहुंचना चाहुंदे उत्थे, घरों बाहर नहीं निकलना चाहुंदे हैगे, उन्हां लोकां नूं की कहना चाहोगे? ਜ਼ਮੀਨਾਂ ਨਾ ਰਹੀਆਂ ਤੇ ਕਿਸਾਨ ਤੇ ਕੋਈ ਸਮਾਂ ਚਿਰ ਕੱਢ ਸਕਣਗੇ, ਪਰ ਜਿਹੜੇ ਮਜ਼ਦੂਰ ਨੇ ਜਾਂ ਹੋਰ ਜੋ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਵਾਸਤੇ ਬੜੀ ਜਿਹੜੀ ਆ ਜੀਵਨ ਵਿੱਚ ਮੁਸ਼ਕਲ ਹੋਵੇਗੀ। ਆ ਕੇ ਇਸ ਟਾਈਮ ਹੁਣ ਮੈਸੇਜ ਵਗੈਰਾ ਨਾਲ ਗੱਲ ਨਹੀਂ ਬਣਨੀ ਹੈਗੀ, ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਆ, ਕਿਉਂਕਿ ਸਰਕਾਰ ਬੋਲੀ ਹੋਈ ਹੋਈ ਆ। ਸਰਕਾਰ ਬੋਲੀ ਹੋ ਚੁੱਕੀ ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਤਾਂ ਮਨ ਕੀ ਬਾਤ ਕਰਦੇ ਨੇ, ਤੁਸੀਂ ਸੁਣਦੇ ਤਾਂ ਹੋਵੋਗੇ ਉਹ ਤਾਂ। ਉਹ ਤਾਂ ਫਿਰ ਉਹ ਡਿਕਟੇਟਰਸ਼ਿਪ ਹੀ ਚੱਲ ਰਹੀ ਆ, ਉਹ ਸਭ ਇੱਕ ਡਰਾਮਾ ਹੀ ਆ। ਮੈਂ ਤਾਂ ਪ੍ਰਧਾਨ ਮੰਤਰੀ ਤੱਕ ਮੇਰੀ ਇੰਟਰਵਿਊ ਪਹੁੰਚੇ ਅਤੇ ਉਹ ਇੱਕ ਨੰਬਰ ਦਾ ਜੁਮਲੇਬਾਜ਼ ਅਤੇ ਡਰਾਮੇਬਾਜ਼ ਇਨਸਾਨ। ਵੀ ਵਿਆਹ ਸ਼ਾਦੀ ਹੋਵੇ ਉੱਥੇ ਵੀ ਕਰੋਨਾ ਆ ਜਾਂਦਾ ਵਾ, ਪਰ ਕੋਈ ਪਾਰਟੀ ਰੈਲੀ ਕਰ ਰਹੀ ਆ ਉੱਥੇ ਕਰੋਨਾ ਜਿਹੜਾ ਭਗੌੜਾ ਹੋ ਜਾਂਦਾ ਵਾ। ਇਸ ਕਰਕੇ ਗੌਰਮੈਂਟ ਜਿਹੜੀ ਆ, ਕਰੋਨਾ ਕਹਿ ਲਓ, ਐਂਟੀਵਾਇਰਸ ਰੈਲੀਆਂ ਨੇ, ਐਂਟੀਵਾਇਰਸ ਸਰਕਾਰ ਆ। ਮੈਂ ਇੱਕ ਬਿਜ਼ਨਸਮੈਨ ਆ, ਮੇਰੀ ਫੈਕਟਰੀ ਆ। ਅੱਜ ਜਿਹੜੇ ਮੈਂ ਵਰਕਰ ਨੂੰ 15,000 ਤਨਖਾਹ ਦਿੰਦਾ, ਅਤੇ ਕੱਲ੍ਹ ਨੂੰ ਅਗਰ ਮਹਿੰਗਾਈ ਵੱਧ ਗਈ ਉਹ ਮੇਰੇ ਤੋਂ 50,000 ਤਨਖਾਹ ਮੰਗੂਗਾ। ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਮੇਕ ਇਨ ਇੰਡੀਆ ਦਾ ਸੁਪਨਾ ਦਿਖਾਇਆ ਸੀਗਾ, ਅਤੇ ਨਾਲ ਹੁਣ ਆਤਮ ਨਿਰਭਰ ਭਾਰਤ, ਆਤਮ ਨਿਰਭਰ ਭਾਰਤ ਕਿੱਥੋਂ ਬਣ ਜੂਗਾ? ਸਾਨੂੰ ਦੇਣ ਫਿਰ ਚਾਈਨਾ ਵਰਗੀਆਂ ਫੈਸਿਲਿਟੀਆਂ, ਚਾਈਨਾ ਨੂੰ ਬਾਈਕਆਊਟ ਕਰਨ ਨੂੰ ਤਾਂ ਕਹਿ ਰਹੇ ਨੇ, ਸਾਨੂੰ ਦੇਣ ਉੱਥੇ ਹੋਈ ਜਿਹੀਆਂ ਫੈਸਿਲਿਟੀਜ਼ ਇਹੋ ਜਿਹੇ ਕਾਲੇ ਕਾਨੂੰਨ ਨਾ ਲਿਆਉਂਦੇ ਜਾਣ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ ਅਤੇ ਅੱਜ ਲੁਧਿਆਣੇ ਦੇ ਸੁੰਦਰ ਨਗਰ ਦੇ ਵਿੱਚ ਅਸੀਂ ਮੌਜੂਦ ਹਾਂ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨ ਅੰਦੋਲਨ ਨੂੰ ਚੱਲਦਿਆਂ ਤਕਰੀਬਨ 5 ਮਹੀਨੇ ਹੋਣ ਵਾਲੇ ਨੇ, ਲੇਕਿਨ ਕੇਂਦਰੀ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਔਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਲਗਾਤਾਰ ਕਿਸਾਨ ਜਿਹੜੇ ਆਪਣੇ ਮੰਗਾਂ ਰੱਖ ਰਹੇ ਨੇ ਕਿ ਕਿਸਾਨ ਜਿਹੜੇ ਨੇ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਲੇਕਿਨ ਕੇਂਦਰੀ ਸਰਕਾਰ ਜਿਹੜੀ ਹੈ ਗੱਲ ਨਹੀਂ ਮੰਨਦੀ ਹੈਗੀ। ਤਾਂ ਲੋਕ ਯੋਗਦਾਨ ਪਾ ਰਹੇ ਨੇ, ਪੰਜਾਬ ਦੇ ਲੋਕ ਹੋਣ ਚਾਹੇ ਹਰਿਆਣੇ ਦੇ ਲੋਕ ਹੋਣ, ਕੋਈ ਵੀ ਹੋਵੇ ਤਾਂ ਯੋਗਦਾਨ ਪਾਉਣ ਦੇ ਲਈ ਜਿਹੜਾ ਹੈ ਕਿਸਾਨ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੀਲਾ ਕਰਦੇ ਨੇ ਅਤੇ ਯੋਗਦਾਨ ਪਾਉਂਦੇ ਨੇ। ਤਾਂ ਅੱਜ ਅਸੀਂ ਕੁਝ ਲੋਕਾਂ ਦੇ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ ਜੋ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਰਨਿੰਗ ਕਰਕੇ ਗਏ ਅਤੇ ਹੁਣ ਉਹਨਾਂ ਦੀ ਵਾਪਸੀ ਸੀ ਤਾਂ ਲੁਧਿਆਣੇ ਦੇ ਵਿੱਚ ਰੁਕੇ ਤਾਂ ਸਾਡੇ ਨੂੰ ਗੱਲਬਾਤ ਕਰਨ ਦੇ ਲਈ ਤਿਆਰ ਹੋਏ ਤਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਬਾਈ ਜੀ, ਸਭ ਤੋਂ ਪਹਿਲਾਂ ਦੱਸਿਆ ਜਾਵੇ ਕਿ ਜਿਹੜੀ ਇਹ ਜੋ ਤੁਸੀਂ ਰਨਿੰਗ ਸਟਾਰਟ ਕੀਤੀ ਸੀ, ਕਿੱਥੋਂ ਸਟਾਰਟ ਕੀਤੀ ਸੀਗੀ, ਕਿੱਥੋਂ ਤੋਂ ਲੈ ਕਿੱਥੇ ਤੱਕ ਤੁਸੀਂ ਜਿਹੜੇ ਆ ਪਹੁੰਚੇ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਵੀਰ ਰਣਜੀਤ ਸਿੰਘ ਜੀਤਾ, ਪਿੰਡ ਭੀਲਾ, ਜ਼ਿਲ੍ਹਾ ਗੁਰਦਾਸਪੁਰ ਤੋਂ 4 ਅਪ੍ਰੈਲ ਨੂੰ ਕੋਰੀਡੋਰ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਦੌੜ ਲਗਾ ਕੇ ਦਿੱਲੀ ਸਿੰਘੂ ਬਾਰਡਰ ਤੱਕ ਪਹੁੰਚਿਆ, ਜੋ ਸਾਰਾ ਜਿਹੜਾ ਸਫ਼ਰ ਹੈ 510 ਕਿਲੋਮੀਟਰ ਦਾ ਬਣਦਾ ਵਾ। ਇਹ ਵੀਰ ਦੇ ਵਿੱਚ ਇੱਕ ਜਜ਼ਬਾ ਸੀ, ਇਹ ਸਾਡਾ ਵੀਰ ਨਗਰੇਟਾ ਆ, ਇਸ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈਗਾ ਵਾ। ਇੱਕ ਮੋਰਚੇ ਦੇ ਵਿੱਚ ਜਾਨ ਪਾਉਣ ਵਾਸਤੇ ਬੜੀ ਮਿਹਨਤ, ਮਤਲਬ ਆਪਣੀ ਮਿਹਨਤ ਕਰਕੇ ਆਪਣਾ ਜਜ਼ਬਾ ਵਿਖਾਇਆ ਕਿ ਜਿਹੜਾ ਇੱਕ ਟੈਗ ਲੱਗਾ ਹੋਇਆ ਵਾ ਆਪਣੀ ਜਵਾਨੀ ਦੇ ਉੱਤੇ ਨਸ਼ਿਆਂ ਦਾ, ਇਸ ਟੈਗ ਨੂੰ ਦੂਰ ਕੀਤਾ। ਜਿਹੜਾ ਆਮ ਪ੍ਰਚਲਿਤ ਗੱਲਾਂ ਚੱਲਦੀਆਂ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਆ, ਅਤੇ ਵੀਰ ਤਾਂ ਦਿਲੋਂ ਰਿਣੀ ਆ ਕਿ ਬੜਾ ਵੱਡਾ ਹੌਸਲਾ ਅਤੇ ਬੜਾ ਵੱਡਾ ਕਦਮ ਵਿਖਾਇਆ। ਇਹ ਵੀਰ ਸਾਡਾ ਦੌੜ ਕੇ ਦਿੱਲੀ ਗਿਆ, ਇਹ ਸਾਡੇ ਗੁਰਭੇਜ ਸਿੰਘ ਜੀ ਇਹ ਸਾਈਕਲ ਦੇ ਨਾਲ ਗਏ, ਸਾਡੇ ਪਿੰਡ ਦੇ ਵਿੱਚ ਇੱਕ 6 ਮੈਂਬਰੀ ਟੀਮ ਨਾਲ ਤਿਆਰ ਕੀਤੀ ਗਈ, ਜੋ ਵੀਰ ਦੀ ਸਪੋਰਟ ਵਾਸਤੇ ਸਾਰੀ ਇੱਕ ਪਲੈਨਿੰਗ ਬਣਾ ਕੇ ਕੀਤੀ ਗਈ ਕਿ ਕੋਈ ਰਹਿਣ ਦੀ ਮੁਸ਼ਕਲ ਨਾ ਆਵੇ, ਕੋਈ ਖਾਣ ਦੀ ਮੁਸ਼ਕਲ ਨਾ ਆਵੇ, ਅਤੇ ਸਾਰੇ ਗੁਰੂ ਰਾਮਦਾਸ ਪਿਤਾ ਜੀ ਦੀ ਕਿਰਪਾ ਦੇ ਨਾਲ 10 ਦਿਨ ਦਾ ਸਾਡਾ ਜਿਹੜਾ ਪ੍ਰੋਸੈਸ ਸੀ ਬੜੀ ਚੜ੍ਹਦੀ ਕਲਾ ਨਾਲ ਹੋ ਨਿਬੜਿਆ। ਕੱਲ੍ਹ ਵਿਸਾਖੀ ਨੂੰ ਸਮਰਪਿਤ ਇਹ ਦੌੜ ਮਨਾਈ ਗਈ, ਇੱਕ ਜਜ਼ਬਾ ਸੀ ਮਨ ਦੇ ਵਿੱਚ ਇਹਨਾਂ ਦੇ ਕਿ ਜਿਹੜੀ ਐਲਕਾਂ ਜਿਹੜੀ 13 ਅਪ੍ਰੈ ਮਤਲਬ ਹੈਗੀ ਆ 2021 ਦੀ ਜਿਹੜੀ ਸਾਡੀ ਵਿਸਾਖੀ ਆ, ਅਸੀਂ ਸਿੰਘੂ ਬਾਰਡਰ 'ਤੇ ਆਪਣੇ ਕਿਸਾਨ ਵੀਰਾਂ ਦੇ ਨਾਲ ਮਨਾਵਾਂਗੇ, ਅਤੇ ਪਰਮਾਤਮਾ ਨੇ ਬੜੀ ਕਿਰਪਾ ਦੇ ਨਾਲ ਇਹ ਸਾਰਾ ਮੋਰਚਾ ਸਫਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗਏ ਹੋ ਤਾਂ ਤੁਹਾਨੂੰ ਥਕਾਵਟ ਤਾਂ ਹੀ ਮਹਿਸੂਸ ਹੋਈ, ਲੋਕ ਕਹਿੰਦੇ ਜਿਵੇਂ ਹੁਣ ਕਈ ਨਾ ਜ਼ਮੀਰ ਮਰੀ ਹੋਈ ਹੁੰਦੀ ਹੈ, ਘਰ ਹੀ ਬੈਠੇ ਰਹਿੰਦੇ ਨੇ ਨਾ, ਕਿਸਾਨ ਅੰਦੋਲਨ ਵਿੱਚ ਯੋਗਦਾਨ ਵੀ ਨਹੀਂ ਪਾਇਆ ਕਈ ਲੋਕਾਂ ਨੇ, ਤੁਸੀਂ ਉੱਥੇ ਰਨਿੰਗ ਕਰਕੇ ਗਏ ਹੋ, ਕਿਸੇ ਥਕਾਵਟ ਤਾਂ ਨਹੀਂ ਲੱਗੀ? ਨਹੀਂ ਜੀ, ਅਸੀਂ ਸਤਿਗੁਰ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਦੋਂ ਤੁਰੇ ਹਾਂ ਜੀ, ਡੇਰਾ ਬਾਬਾ ਨਾਨਕ ਤੋਂ 4 ਤਰੀਕ ਨੂੰ ਕੋਰੀਡੋਰ ਤੋਂ ਚੱਲੇ ਹਾਂ ਅਸੀਂ, ਅਤੇ ਰਸਤੇ ਦੇ ਵਿੱਚ ਸਾਨੂੰ ਅੰਬਾਲੇ ਜਾ ਕੇ ਥੋੜ੍ਹੀ ਜਿਹੀ ਮੁਸ਼ਕਲ ਆਈ ਹੈ ਜੀ। ਉਹ ਵੀ ਇੱਕ ਸਾਡੇ ਬਜ਼ੁਰਗ ਮੋਟਰਸਾਈਕਲ ਲੈ ਕੇ ਜਾ ਰਹੇ ਸੀ, ਉਹ ਰਸਤੇ ਦੇ ਵਿੱਚ ਰਨਿੰਗ ਕਰਦਿਆਂ ਇੱਕਦਮ ਹੀ ਮੇਰੇ ਅੱਗੇ ਆ ਗਏ ਨੇ। ਉਹ ਮੁੜਨ ਦੇ ਕਾਰਨ ਮੇਰੇ ਪੈਰ ਨੂੰ ਥੋੜ੍ਹੀ ਜਿਹੀ ਮੋਚ ਆਈ ਆ, ਉਸ ਦੀ ਸੋਚ ਵੀ ਅਜੇ ਤੱਕ ਹੈਗੀ ਹੈ। ਬਸ ਇਹੀ ਮੁਸ਼ਕਲ ਆਈ ਆ, ਉਹ ਇੱਕ ਡੇਢ ਘੰਟਾ ਰੈਸਟ ਲੈਣ ਦੇ ਕਾਰਨ ਬਿਲਕੁਲ ਸਹੀ ਹੋ ਗਿਆ। ਬਾਬਾ ਜੀ ਦੀ ਕਿਰਪਾ ਦੇ ਨਾਲ ਕੋਈ ਵੀ ਮੁਸ਼ਕਲ ਨਹੀਂ ਆਈ, ਬਹੁਤ ਵਧੀਆ ਸਫ਼ਰ ਰਿਹਾ ਸੀ ਵਿਸਾਖੀ ਵਾਲੇ ਦਿਨ। ਸਭ ਸਿੱਖ ਸੰਗਤਾਂ ਨੂੰ ਮੁਬਾਰਕਾਂ ਦਿੰਦੇ ਹਾਂ ਵਿਸਾਖੀ ਦੀਆਂ।
बहुत बहुत वधाइया आन। असी हुण वापसी समय आउंदे अमृतसर शॉप नाणविल जो पंजाबी दे विच असी कुलचे छोले कह दिंदे आ, ये साडे भैण जी और साडे वीर जी ने आउंदे समय साडी बहुत ही लंगरां दे नाल अटैल सेवा कीती है, जूस ना जल ना और कोल्ड ड्रिंक ना सेवा की, असं बहुत दिलों धन्यवाद करते हैं इन्हों का जी। जिवें किसान अंदोलन के बारे गल की जाती, कई लोग कहें किसान अंदोलन ढिला पै गया, उत्थे पहुंचे हो तो चढ़ती कला दे विच सारा कुछ, उत्थे बाबा जी की बहुत ज़्यादा कृपा है। असी तो बहुत ही संगत का भरवा हंगारा कल वेख्या है, कोई ढिले वाली कोई इदा की कोई गलबात नहीं लगी सानू। साइकिल दे गए सीगे, साइकिल दे पहुंचे उत्थे, तां की कहना चाहोगे जिहड़े लोग मरियां ज़मीरां वाले नहीं पहुंचना चाहते उत्थे, घरों बाहर नहीं निकलना चाहते हैं, उन्हां लोगों नूं की कहना चाहोगे? वाहिगुरू जी का खालसा, वाहिगुरू जी की फतेह। मैं गुरभेज सिंह, पिंड भीला तेजा, जिला गुरदासपुर। असीं इही नौजवानों नूं अपील करते हाँ कि भाई सानूं वध तों वध किसान वीरां दा साथ देना चाहीदा, क्योंकि जे असीं इदां घरे बैठे रहे तो जो साडे कारोबार ने, मजदूर ने, जां होर जिन्हां दीआं दुकानां ने, जां कोई प्रॉपर्टी डीलर कोई इस तरह दा काम कर रहा, जे किसान वीर को जमीना ना रही तो किसी का काम भी जड़ा वो निपरे नहीं चढ़ना। सारे जिहड़े आ जे किसान वीर जमीना ना रही तो किसान तो कोई समा चिर कढ सकणगे, पर जिहड़े मजदूर ने जां होर जो कोई कारोबार करदे ने उन्हां वास्ते बड़ी जिहड़ी आ जीवन में मुश्किल होवेगी। असीं कहिंदे भी वध तों वध जिहड़े किसान वीरां दा साथ देण, साडे अंदर भी दर्द सी, साडी भावें जमीन नहीं पर साडी जमीर है, असीं उहदे विच योगदान पाया वा किसान वीरां दे मोर्चे दे विच, उहनूं होर मोर्चे दी जड़ नूं जड़ा मजबूत कीता है। मैम जिवें हुण सेवा की जा रही है ना, जे कोई पहुँच रहा तो उन्होंने सेवा करके दी जा रही है कि हाँ जी तुसीं इत्थे लंगर छक सकते हो, जल छक सकते हो, की कहना चाहोगे कि ये अंदरों उत्तेजना सी इस नूं लैके अंदोलन नूं लैके? हाँ जी देखो, अंदोलन नूं लैके साडे वी असीं खुशकिस्मत ही समझदे हां कि असीं इन्ना कु योगदान पा रहे हैं इस अंदोलन च, जिन्ना सानूं भी एक परमात्मा ने बल बख्शिया सी अपनी उन्नी सेवा लाई हुई है। ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਕਹਿਣ ਨੂੰ ਆ ਰਿਹਾ ਸੀਗਾ ਵੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕ ਵਾਪਸ ਆ ਰਹੇ ਨੇ, ਲੇਕਿਨ ਹੁਣ ਜਦੋਂ ਦੇਖਿਆ ਜਾਂਦਾ ਕਿ ਕਿਸਾਨ ਅੰਦੋਲਨ 'ਚ ਬਹੁਤ ਸਾਰੇ ਲੋਕ ਵਾਪਸ ਵੀ ਜਾ ਰਹੇ ਨੇ, ਉੱਥੇ ਬੈਠੇ ਹੋਏ ਨੇ, ਤਾਂ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਇਹ ਤਾਂ ਦੇਖੋ ਮੀਡੀਆ, ਗੋਦੀ ਮੀਡੀਆ ਨੇ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਅਫਵਾਹਾਂ ਫੈਲਾ ਰਹੇ ਆ, ਹੁਣ ਸਾਰੇ ਮੀਡੀਆ ਦਾ ਧਿਆਨ ਉੱਧਰ ਬੰਗਾਲ ਇਲੈਕਸ਼ਨਾਂ 'ਚ ਲੱਗਿਆ ਹੋਇਆ ਅਤੇ ਉਹਦਾ ਫਾਇਦਾ ਚੱਕ ਰਹੇ ਆ, ਪਰ ਇੱਦਾਂ ਦਾ ਅਸੀਂ ਦੇਖਿਆ ਕੁਛ ਨਹੀਂ ਹੈ, ਪੂਰੇ ਜ਼ੋਰ ਸ਼ੋਰ ਨਾਲ ਆਪਣਾ ਪਬਲਿਕ ਸਾਥ ਦੇ ਰਹੀ ਹੈ, ਜਿਵੇਂ ਵੀਰ ਜੀ ਗਏ ਆ ਸਾਰੇ ਰਸਤਿਆਂ 'ਚ, ਇਹਨਾਂ ਦਾ ਮੇਨ ਮੁੱਦਾ ਹੀ ਇਹ ਸੀ ਵੀ ਆਪਾਂ ਪਬਲਿਕ ਨੂੰ ਹੋਰ ਅਵੇਅਰ ਕਰੀਏ, ਜਾਗਰੂਕ ਕਰੀਏ। ਮੈਮ ਨੇ ਕਿਹਾ ਜੀ ਪਬਲਿਕ ਨੂੰ ਅਵੇਅਰ ਹੋਰ ਵੀ ਕਰਨਾ ਹੈ ਨਾ, ਜਿਵੇਂ ਹੁਣ ਪੰਜਾਬ ਦਾ ਮੀਡੀਆ ਲੱਗਿਆ ਹੋਇਆ ਅਵੇਅਰ ਕਰਨ ਲਈ ਲੱਗਿਆ ਹੋਇਆ ਵਾ, ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਜਿਹੜੇ ਆ ਨਹੀਂ ਸੁਣਦੇ ਹੈ ਗੱਲ ਨੂੰ, ਇਗਨੋਰ ਮਾਰ ਦਿੰਦੇ ਨੇ, ਤਾਂ ਜਿਹੜੇ ਲੋਕ ਇਗਨੋਰ ਮਾਰਦੇ ਨੇ ਕਿਸਾਨ ਅੰਦੋਲਨ ਨੂੰ, ਤਾਂ ਕੀ ਕਹਿਣਾ ਚਾਹੂੰਗਾ ਉਹਨਾਂ ਲੋਕਾਂ ਬਾਰੇ? ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਇੱਕ ਵਾਰ ਉਹ ਬਿੱਲਸ ਜ਼ਰੂਰ ਪੜ੍ਹ ਲੈਣ। ਬਿੱਲਸ ਦੇ ਵਿੱਚ ਇੱਕ ਐਕਟ ਇਹੋ ਜਿਹਾ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਜਿਹੜੀ ਅਮੈਂਡਮੈਂਟ ਕੀਤੀ ਆ, ਜ਼ਿਆਦਾਤਰ ਸੰਖਿਆ ਜ਼ਿਆਦਾ ਪਾਪੂਲੇਸ਼ਨ ਮਿਡਲ ਕਲਾਸ ਦੀ ਆ, ਅਤੇ ਉਹ ਇੱਕ ਵਾਰ ਉਹ ਪੜ੍ਹ ਲੈਣ ਅਤੇ ਪੜ੍ਹ ਕੇ ਜੇ ਉਹਨੂੰ ਪ੍ਰੈਕਟੀਕਲੀ ਤੌਰ ਨਾਲ ਸੋਚਣਗੇ ਤਾਂ ਉਹਨਾਂ ਨੂੰ ਆਪੇ ਪਤਾ ਚੱਲੂ ਵੀ ਇਹ ਇਕੱਲੇ ਕਿਸਾਨਾਂ ਲਈ ਹਾਨੀਕਾਰਕ ਨਹੀਂ ਹੈਗੇ, ਇਹ ਬਿੱਲ ਇਹ ਹਰ ਇੱਕ ਆਮ ਇਨਸਾਨ ਲਈ ਨੇ। ਮੈਂ ਇੱਕ ਬਿਜ਼ਨਸਮੈਨ ਹਾਂ, ਮੇਰੀ ਫੈਕਟਰੀ ਆ, ਅੱਜ ਜਿਹੜੇ ਮੈਂ ਵਰਕਰ ਨੂੰ 15,000 ਤਨਖਾਹ ਦਿੰਦਾ ਅਤੇ ਕੱਲ੍ਹ ਨੂੰ ਅਗਰ ਮਹਿੰਗਾਈ ਵੱਧ ਗਈ ਉਹ ਮੇਰੇ ਤੋਂ 50,000 ਤਨਖਾਹ ਮੰਗੂਗਾ। ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਮੇਕ ਇਨ ਇੰਡੀਆ ਦਾ ਸੁਪਨਾ ਦਿਖਾਇਆ ਸੀਗਾ, ਅਤੇ ਨਾਲ ਹੁਣ ਆਤਮ ਨਿਰਭਰ ਭਾਰਤ, ਆਤਮ ਨਿਰਭਰ ਭਾਰਤ ਕਿੱਥੋਂ ਬਣ ਜੂਗਾ? ਸਾਨੂੰ ਦੇਣ ਫਿਰ ਚਾਈਨਾ ਵਰਗੀਆਂ ਫੈਸਿਲਿਟੀਆਂ, ਚਾਈਨਾ ਨੂੰ ਬਾਈਕਆਊਟ ਕਰਨ ਨੂੰ ਤਾਂ ਕਹਿ ਰਹੇ ਨੇ, ਸਾਨੂੰ ਦੇਣ ਉੱਥੇ ਹੋਈ ਜਿਹੀਆਂ ਫੈਸਿਲਿਟੀਜ਼ ਇਹੋ ਜਿਹੇ ਕਾਲੇ ਕਾਨੂੰਨ ਨਾ ਲਿਆਉਂਦੇ ਜਾਣ, ਅਸੀਂ ਇੱਥੇ ਦੱਬ ਕੇ ਕੰਮ ਕਰੀਏ, ਅਸੀਂ ਆਪਣੀ ਇੰਡਸਟਰੀ ਨੂੰ ਗਰੋ ਕਰੀਏ। ਇਸ ਲਈ ਮੈਂ, ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੈਂ ਫਿਰ ਵੀ ਇੱਕ ਐਜ਼ ਏ ਬਿਜ਼ਨਸਮੈਨ ਇਸ ਅੰਦੋਲਨ ਨਾਲ ਦਿਲੋਂ ਜੁੜਿਆ ਹੋਇਆ, ਕਿਉਂਕਿ ਸਾਰੀ ਉਮਰ ਗੁਲਾਮੀ ਨਹੀਂ ਕਰਨਾ ਚਾਹੁੰਦੇ, ਅਸੀਂ ਡੈਮੋਕ੍ਰੇਸੀ ਵਾਲੀ ਕੰਟਰੀ 'ਚ ਰਹਿ ਰਹੇ ਹਾਂ ਔਰ ਅਸੀਂ ਇੱਥੇ ਆਪਣੀ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਾਂ। ਇਸ ਅੰਦੋਲਨ ਦੇ ਵਿੱਚ ਜੋ ਵੀ ਲੋਕ ਵਾਪਸ ਆਉਂਦੇ ਨੇ ਤਾਂ ਉਹਨਾਂ ਸੇਵਾ ਹਰੇਕ ਨੂੰ ਕੀਤੀ ਜਾਂਦੀ ਹੈ? ਬਿਲਕੁਲ, ਜਿੱਥੇ ਤੱਕ ਸਾਡੇ ਮੈਸੇਜ ਪਹੁੰਚਦਾ, ਮਤਲਬ ਸਾਡੇ ਤੱਕ ਕੋਈ ਆ ਜਾਂਦਾ ਤਾਂ ਅਸੀਂ ਆਪਣੀ ਖੁਸ਼ਕਿਸਮਤੀ ਸਮਝਦੇ ਹਾਂ ਕਿ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ। ਹੁਣ ਇਹ ਵੀਰ ਜੀ ਸਾਈਕਲ 'ਤੇ ਗਏ, ਉਹ ਰਨਿੰਗ ਕਰਕੇ ਗਏ ਨੇ, ਦੇਖੋ ਇਸ ਤੋਂ ਉੱਪਰ ਕੀ ਹੋਊਗਾ? ਹੁਣ ਤੁਸੀਂ ਦੇਖਿਆ ਹੋਣਾ ਵੀ ਆਰਤੀ ਚੌਂਕ 'ਚ ਪਿਛਲੇ 2-2.5 ਮਹੀਨੇ ਤੋਂ ਅਸੀਂ 5 ਬੰਦਿਆਂ ਨੇ ਸ਼ੁਰੂ ਕੀਤਾ ਸੀਗਾ ਇੱਕ ਪੀਸਫੁਲ ਪ੍ਰੋਟੈਸਟ, ਅਤੇ ਉੱਥੇ ਵੀ ਬਹੁਤ ਲੋਕ ਸਿਰਫ ਵਟਸਐਪ ਗਰੁੱਪਸ 'ਚ ਮੈਸੇਜ ਫੋਰਵਰਡ ਕਰਦੇ ਨੇ ਜਾਂ ਪੜ੍ਹਦੇ ਨੇ, ਉਹ 'ਤੇ ਕਮੈਂਟ ਕਰਦੇ ਨੇ। ਮੈਂ ਤਾਂ ਹਰੇਕ ਨੂੰ ਇਹੀ ਅਪੀਲ ਕਰਦਾ ਵੀ ਆ ਕੇ ਇਸ ਟਾਈਮ ਹੁਣ ਮੈਸੇਜ ਵਗੈਰਾ ਨਾਲ ਗੱਲ ਨਹੀਂ ਬਣਨੀ ਹੈਗੀ, ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਆ ਕਿਉਂਕਿ ਸਰਕਾਰ ਬੋਲੀ ਹੋਈ ਹੋਈ ਆ। ਅਤੇ ਤੁਸੀਂ ਸਾਰੇ ਆਰਤੀ ਚੌਂਕ ਆਓ, ਉਹ ਵੀਰ ਜੀ ਦੇ ਭੱਜ ਕੇ ਜਾਂ ਉਹ ਸਾਈਕਲ 'ਤੇ ਇੰਨੀ ਦੂਰ 500 ਕਿਲੋਮੀਟਰ ਜਾ ਸਕਦੇ ਹਾਂ, ਤਾਂ ਅਸੀਂ ਆਪਣੇ ਘਰ ਤੋਂ 5-7 ਕਿਲੋਮੀਟਰ ਗੱਡੀਆਂ ਸਕੂਟਰਾਂ 'ਤੇ ਆ ਕੇ 1-2 ਘੰਟੇ ਉੱਥੇ ਆਪਣੇ ਹੱਕਾਂ ਲਈ ਲੜਾਈ ਨਹੀਂ ਲੜ ਸਕਦੇ। ਤੁਸੀਂ ਕਹਿੰਦੇ ਹੋ ਸਰਕਾਰ ਬੋਲੀ ਹੋ ਚੁੱਕੀ, ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਤਾਂ ਮਨ ਕੀ ਬਾਤ ਕਰਦੇ ਨੇ, ਤੁਸੀਂ ਸੁਣਦੇ ਤਾਂ ਹੋਵੋਗੇ ਉਹ ਤਾਂ? ਸਰ ਉਹ ਆਪਣੇ ਮਨ ਕੀ ਬਾਤ ਕਰਦੇ ਨੇ ਨਾ, ਲੋਕਾਂ ਦੇ ਮਨ ਦੀ ਬਾਤ ਤੋਂ ਸੁਣਦੇ ਹੀ ਨਹੀਂ ਹੈਗੇ, ਉਹ ਤਾਂ ਫਿਰ ਉਹ ਡਿਕਟੇਟਰਸ਼ਿਪ ਹੀ ਚੱਲ ਰਹੀ ਆ, ਉਹ ਸਭ ਇੱਕ ਡਰਾਮਾ ਹੀ ਆ। ਮੈਂ ਤਾਂ
मीडिया तुहाडे मीडिया दे राही कहूँगा मैं तो चाहुंदा भी ये प्रधानमंत्री तक मेरी इंटरव्यू पहुँचे तो वो एक नंबर का जुमलेबाज ते ड्रामेबाज इंसान आ। आप चाहते भी पहुँचे जरूर पहुँचे प्रधानमंत्री तक तो वो सुन गल जी ना कही भी जी होर भी कोई मंग हैगी जिवें कोरीडोर लैके करतारपुर साहब के लांघे लैके किस तरह की कोई गल की जा रही थी भी हाँ जी लांघा खोलिया जाए। हाँ जी लांघा जिहड़ा वा वो तो जरूर खोलिया जाए क्योंकि सरकार ने अरबा खरबा रुपये जिहड़े खर्चे हुए आ सिंघ संगतां दे मनां दे विच बड़ियां भावनावां कि असीं अपने गुरतां दा दर्शन कर सकीए। यह सिर्फ एक धर्म फिरकाप्रस्ती दे नाल जिहड़ा देश चल रहा वा धर्म दे नां ते वंडियां कीतियां जा रही वा यह लड़ाई हुण कितें अपनी जिहड़ी आ बिल्लां तों तां वध के सिखां दी हून दी लड़ाई चल चुकी आ ते थोड़ा जिहा ध्यान जरूर दवावांगे सारी सिख कौम दा सारे पंजाब दा कि वध तों वध हंगारा जिहड़ा वा इस तुसीं संघर्ष दे विच दिओ क्योंकि जिहड़ा साडा पुरातन इतिहास आ कि जिहड़े बड़े बड़े मार के साडी कौम ने मारे होए आ असीं उस कौम दे वारस आं तो वह तो सूँ इस संघर्ष कुदना चाहिए जी। सरकार कहती है कि असी कोरीडोर बंद किया आ क्योंकि जो करोना वायरस के केसिस लगातार वध रहे हैं कहीं लुधियाने 500 तो वध केस आए हैं गल भी केस तो वेखो जी पछमी बंगाल के भी वधने चाहिए आ पर उत्थे नहीं वध रहे क्योंकि उत्थे पकड़ आ इन्हां दी जिते थोड़ी पकड़ ढिली आ उत्थे थोड़े केस जिहड़े घट रहे आ तो इस करके कोई एडा वधिया गल नहीं सानू लगती तो थोड़ा जिहा ध्यान देना संगत को ध्यान देना चाहिए कि करोना की चीज़ आ सरकार नहीं दस सकती पब्लिक दस सकती है सारे तो ज़्यादा जी। सरकार जी ने कहता कहते बंगाल के केस बदने चाहिए की कहना चाहोगे ये जी सारा कुछ इस तरह ही है आप जी को पता ही है कि कोई भी विआह शादी होते भी करोना आ जाता वा पर कोई पार्टी रैली कर रही है उत्थे करोना जिहड़ा भगौड़ा हो जाता वा इस करके गौरमेंट जिहड़ी आ करोना कह लो एंटीवायरस रैलियां ने एंटीवायरस सरकार आ ते ए उन्होंने सोचते हैं भी शायद उत्थे करोना नहीं आ ये सब ड्रामेबाज आ कोई मतलब नहीं आ कोई किसी किस्म का नहीं आ आप जी देख सकते अं इस तरह ही तुरे फिर रहे हैं गठ तो डरदा हो बिल्कुल बिल्कुल गठजोड़ तो डरदा जी वो नहीं आउंदा जी। बाकी असी लुधियाणा पहुँचण ते लुधियाणा वासियां वल्लों साडा जोरदार स्वागत किया गया वा तो बहुत धन्यवाद करते लुधियाणा वासियां दा खास तौर पर भैन जी मेघा जी हुणां दा जिन्होंने सानू स्पैशल तौर पर अपनी दुकान पर सद के नाण नाल टहल सेवा की आ होर चाह पानी के गफ्फे बख्शे आ जी इन्होंने इन्हों का बहुत बहुत धन्यवाद जी। वाहेगुरू जी का खालसा वाहेगुरू जी फतेह। सो जिन्हां दी जमीर जागदी है तो किसान अंदोलन के योगदान पा रहे हैं जिवें कि साइकलिंग करके तो रनिंग करके वीर जी जिहड़े पहुंचे सिंघू बार्डर के उत्ते इस तरीके दे नाल साडे नौजवान जिहड़े ने ना वह भी बड़े उतावले ने इस संघर्ष के जाण दे लई लगातार इस अंदोलन के पहुंचण दे लई दिल्ली वालों जिहड़े आ कूच करदे ने नौजवान तो जिहड़े कहिंदे ने लोग कि इस अंदोलन के लोग वापस आ रहे हैं तो उन्हां दे मूंह ते चपेड़ है कि लगातार इत्थों जिहड़े लोग ने किसी ना किसी तरीके का योगदान पा के दिल्ली पहुँच रहे हैं तो इस अंदोलन के अपना योगदान पा रहे हैं। सो देरी अपडेट्स जुड़े रहो रिजाइन टाइम्स नाल कैमरामैन समेत मैं थोड़े नाल गुरदीप सिंह लम्मे लुधियाणा।